ਪਰਮੇਸ਼ਵਰ ਸਾਡੀ ਸੁੱਕੀ ਲਾਠੀ ਨੂੰ ਹਰਿਆ ਕਰਨਾ ਚਾਹੁੰਦੇ ਆ। ਹਾਲੇਲੂਇਆ। ਸਾਡੇ ਹਰੇਕ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਇੱਕ ਲਾਠੀ ਦਿੱਤੀ ਆ, ਔਰ ਉਹ ਲਾਠੀ ਜਿਹੜੀ ਆ ਉਹ ਇਖਤਿਆਰ ਦਾ ਜਿਹੜਾ ਆ ਪ੍ਰਤੀਕ ਆ। ਜੇ ਅਸੀਂ ਉਹਨੂੰ ਇੰਗਲਿਸ਼ ਦੇ ਵਿੱਚ ਰੋਡ ਕਹਿ ਸਕਦੇ ਹਾਂ ਤੁਸੀਂ, ਪਰ ਜਦੋਂ ਅਸੀਂ ਆਪਣੀਆਂ ਅੱਖਾਂ 'ਚ ਇੱਕ ਰੋਡ ਦਾ ਜਿਹੜੀ ਇਮੇਜ ਕ੍ਰੀਏਟ ਕਰਦੇ ਤਾਂ ਸਾਨੂੰ ਇੱਕ ਪਾਈਪ ਵਾਂਗ ਨਜ਼ਰ ਆਉਂਦੀ ਆ, ਜਾਂ ਸਾਨੂੰ ਇੱਕ ਬਹੁਤ ਸਟਰੋਂਗ ਸੋਲਿਡ ਮੋਟੇ ਸਰੀਏ ਵਾਂਗ ਨਜ਼ਰ ਆਉਂਦੀ ਆ। ਤਾਂ ਹਾਂ, ਐਗਜੈਕਟਲੀ ਇੱਦਾਂ ਵੀ ਹੋ ਸਕਦਾ ਆ, ਪਰ ਲਾਠੀ ਹਿੰਦੀ ਦੇ ਵਿੱਚ ਉਹ ਲਾਠੀ ਆ, ਪੰਜਾਬੀ ਦੇ ਵਿੱਚ ਉਹ ਢਾਂਗਾ ਕਹਿ ਲਓ, ਡੰਡਾ ਕਹਿ ਲਓ ਉਹਨੂੰ, ਤਾਂ ਉਹ ਲੱਕੜੀ ਦਾ ਜਿਹੜਾ ਆ ਇੱਕ ਜਿਹਨੂੰ ਸਟੈਫ ਕਹਿ ਸਕਦੇ ਹਾਂ, ਜਿੱਦਾਂ ਜਿਹੜਾ ਆਜੜੀ ਆ ਅਤੇ ਉਹ ਆਪਣੀ ਜਿਹੜੀ ਸਟੈਫ ਆ ਜਿਹੜੀ ਉਹਦੀ ਲਾਠੀ ਆ ਉਹਦੇ ਨਾਲ ਭੇਡਾਂ ਦੀ ਚਰਵਾਈ ਕਰਦਾ ਆ। ਤਾਂ ਅਸੀਂ ਬਾਈਬਲ ਦੇ ਕਿੰਨੇ ਹਿੱਸਿਆਂ ਦੇ ਵਿੱਚ ਪਰਮੇਸ਼ਵਰ ਦੇ ਹੱਥ ਦੇ ਵਿੱਚ ਅਸੀਂ ਲਾਠੀ ਨੂੰ ਦੇਖਦੇ ਹਾਂ, ਅਸੀਂ ਡੰਡੇ ਨੂੰ ਦੇਖਦੇ ਹਾਂ। ਸੋ ਜਿਹੜਾ ਡੰਡਾ ਆ ਲਾਠੀ ਆ ਇਹ ਇੱਕ ਰੋਬ ਦਾ ਰੋਬ ਹੁੰਦਾ ਨਾ ਕਿ ਹਾਂ ਵੀ ਥਾਣੇਦਾਰ ਦਾ ਬੜਾ ਰੋਬ ਆ, ਤਾਂ ਇਸ ਤਰੀਕੇ ਦੇ ਨਾਲ ਇੱਕ ਰੋਬ ਦਾ ਪ੍ਰਤੀਕ ਆ, ਇਖਤਿਆਰ ਅਥੋਰਿਟੀ ਦਾ ਪ੍ਰਤੀਕ ਆ, ਹਾਕਮ ਹੋਣ ਦਾ ਪ੍ਰਤੀਕ ਆ। ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਵਚਨਾਂ ਦੇ ਵਿੱਚ ਮੈਨੀ ਮੈਨੀ ਟਾਈਮਸ ਬਹੁਤ ਬਹੁਤ ਵਾਰ ਪਰਮੇਸ਼ਵਰ ਦੇ ਹੱਥ ਦੇ ਵਿੱਚ ਲਾਠੀ ਦਾ ਜ਼ਿਕਰ ਆ। ਸੋ ਅਸੀਂ ਦੇਖ ਸਕਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਉਹਦੀ 9 ਨੰਬਰ ਪੰਕਤੀ ਦੇ ਵਿੱਚ, ਤਾਂ ਇੱਥੇ ਲਿਖਿਆ ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਂਗਾ। ਤਾਂ ਕੌਣ ਆ ਇਹ ਤੂੰ ਜਿਹੜਾ ਸ਼ਬਦ ਆ ਕਿਹਦੇ ਲਈ ਆ? ਤਾਂ ਪਰਮੇਸ਼ਵਰ ਦੇ ਲਈ ਆ। ਲਿਖਿਆ ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਗ ਤੂੰ ਉਹਨਾਂ ਨੂੰ ਚੱਕਣਾ ਚੂਰ ਕਰ ਦੇਵੇਂਗਾ। ਤਾਂ ਇੱਥੇ ਵੀ ਅਸੀਂ ਡੰਡਾ ਦੇਖਦੇ ਹਾਂ ਕਿ ਜਿਹੜੇ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਨਹੀਂ ਆ ਤੂੰ ਉਹਨਾਂ ਨੂੰ ਜਿਹੜਾ ਆ ਪਰਮੇਸ਼ਵਰ ਉਹਨਾਂ ਨੂੰ ਸਜ਼ਾ ਦਊਗੇ। ਜਾਂ ਇੱਕ ਜਿਹੜਾ ਡੰਡਾ ਆ ਉਹ ਕਿੰਨੇ ਤਰੀਕਿਆਂ ਦੇ ਨਾਲ ਇਸਤੇਮਾਲ ਹੁੰਦਾ ਆ, ਬਾਅਦ 'ਚ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ। ਫਿਰ ਇੱਕ ਹੋਰ ਆਪਾਂ ਇਗਜ਼ਾਮਪਲ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 23 ਨੰਬਰ ਅਧਿਆਇ ਉਹਦੀ 4 ਨੰਬਰ ਪੰਕਤੀ 'ਚ ਇੱਦਾਂ ਲਿਖਿਆ ਤੇਰੀ ਸੋਟੀ ਅਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੀ ਲਾਠੀ ਪਰਮੇਸ਼ਵਰ ਦੀ ਸੋਟੀ ਇੱਥੇ ਪ੍ਰਭੂ ਨੂੰ ਇੱਕ ਅਯਾਲੀ ਦਾ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਆ। ਤਾਂ ਤੇਰੀ ਜਿਹੜੀ ਲਾਠੀ ਆ ਉਹ ਸਾਨੂੰ ਡਾਇਰੈਕਸ਼ਨ ਵੀ ਦਿੰਦੀ ਆ, ਤੇਰੀ ਲਾਠੀ ਸਾਨੂੰ ਹੌਸਲਾ ਵੀ ਦਿੰਦੀ ਆ। ਕਈ ਵਾਰੀ ਪਰਮੇਸ਼ਵਰ ਦੀ ਜਿਹੜੀ ਝਿੜਕ ਆ ਨਾ ਉਹ ਸਾਨੂੰ ਡਾਇਰੈਕਸ਼ਨ ਦਿਖਾਉਂਦੀ ਆ। ਪ੍ਰਭੂ ਸਾਨੂੰ ਵਚਨ ਦੇ ਰਾਹੀਂ ਝਿੜਕਦੇ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੁੰਦਾ ਆ, ਪ੍ਰਭੂ ਸਾਨੂੰ ਵਚਨ ਦੇ ਰਾਹੀਂ ਕਈ ਵਾਰੀ ਸਾਨੂੰ ਹੌਸਲਾ ਦਿੰਦੇ ਆ। ਕਈ ਵਾਰੀ ਸਾਡੇ ਹੱਥ 'ਚ ਸੋਟੀ ਹੋਵੇ ਨਾ ਤਾਂ ਅਸੀਂ ਛੋਟੇ ਮੋਟੇ ਜੀਵ ਜੰਤੂ ਤੋਂ ਤਾਂ ਡਰਦੇ ਹੀ ਨਹੀਂ, ਕੋਈ ਕੁੱਤਾ ਬਿੱਲਾ ਅੱਗੇ ਆ ਜਾਵੇ ਤਾਂ ਸਾਨੂੰ ਹੁੰਦਾ ਮੇਰੇ ਕੋਲ ਸੋਟੀ ਹੈਗੀ ਆ ਇਹ ਮੇਰਾ ਕੁਛ ਨਹੀਂ ਕਰ ਸਕਦਾ। ਤਾਂ ਜਿਹੜੀ ਲਾਠੀ ਆ ਜਿਹੜੀ ਸੋਟੀ ਆ ਉਹ ਤਸੱਲੀ ਵੀ ਦਿੰਦੀ ਆ। ਔਰ ਇੱਥੇ ਪਰਮੇਸ਼ਵਰ ਨੂੰ ਇੱਕ ਆਜੜੀ ਦੇ ਰੂਪ ਦੇ ਵਿੱਚ ਦਿਖਾਇਆ, ਤਾਂ ਪਰਮੇਸ਼ਵਰ ਦੇ ਹੱਥ ਦੇ ਵਿੱਚ ਇੱਕ ਲਾਠੀ ਆ ਜਿਹਦੇ ਤੋਂ ਉਹਦੀਆਂ ਭੇਡਾਂ ਸੰਤੁਸ਼ਟ ਆ ਕਿ ਇਸ ਲਾਠੀ ਦਾ ਲਾਠੀ ਦੇ ਨਾਲ ਇਹਨੇ ਹਰੇਕ ਭੇੜੀਏ ਨੂੰ ਜਿਹੜਾ ਸਾਡਾ ਨੁਕਸਾਨ ਕਰਨ ਵਾਲਾ ਆ ਇਹਨੇ ਭਜਾ ਦੇਣਾ ਆ, ਸਾਡਾ ਕੋਈ ਨੁਕਸਾਨ ਨਹੀਂ ਹੋਣਾ। ਉਹ ਤਸੱਲੀ ਦੇ ਵਿੱਚ ਆ, ਉਹ ਸੰਤੁਸ਼ਟ ਆ, ਔਰ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਆ। ਔਰ ਫਿਰ ਲਾਠੀ ਨੂੰ ਅਸੀਂ ਇੱਕ ਦੇਖਦੇ ਹਾਂ ਸਹਾਰੇ ਦੇ ਰੂਪ ਦੇ ਵਿੱਚ। ਜੇ ਤੁਸੀਂ ਦੇਖੋ ਤਾਂ ਜਿਹੜੇ ਬੰਦੇ ਕੋਲੋਂ ਤੁਰ ਨਹੀਂ ਹੁੰਦਾ ਅਤੇ ਉਹ ਵੀ ਲਾਠੀ ਫੜ ਕੇ ਤੁਰਦਾ ਆ, ਸੋਟੀ ਫੜ ਕੇ ਤੁਰਦਾ ਆ, ਉਹ ਡੰਡਾ ਫੜ ਕੇ ਤੁਰਦਾ ਆ, ਕੁੰਡੀ ਕਹਿ ਸਕਦੇ ਤੁਸੀਂ, ਡਿਫਰੈਂਟ ਤਰੀਕੇ ਡਿਫਰੈਂਟ ਸ਼ੇਪਸ ਦੇ ਨਾਲ ਇਸ ਚੀਜ਼ ਨੂੰ ਤੁਸੀਂ ਦੇਖ ਸਕਦੇ ਆ। ਫਿਰ ਤੁਸੀਂ ਇੱਕ ਹੋਰ ਉਦਾਹਰਣ ਲੈ ਲਓ ਕਿ ਕਈ ਵਾਰੀ ਆਪਾਂ ਸੁਣਦੇ ਹੀ ਆਪਣੀ ਕਮਿਊਨਿਟੀ ਦੇ ਵਿੱਚ ਕਿ ਆ ਇਹਨਾਂ ਦਾ ਮੁੰਡਾ ਇਹਨਾਂ ਦੀ ਬੁਢਾਪੇ ਦੀ ਲਾਠੀ ਆ,
ਇਹ ਇਹਨਾਂ ਦੇ ਬੁਢਾਪੇ ਦਾ ਸਹਾਰਾ ਆ। ਤਾਂ ਲਾਠੀ ਇੱਕ ਸਹਾਰੇ ਦਾ ਰੂਪ ਆ, ਡੰਡਾ ਇੱਕ ਸਹਾਰੇ ਦੇ ਰੂਪ ਦੇ ਵਿੱਚ ਆ। ਔਰ ਫਿਰ ਅਸੀਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ, ਉਹਦਾ 89 ਦੀ 32 ਅਤੇ 33 ਦੇ ਵਿੱਚੋਂ ਉੱਥੇ ਲਿਖਿਆ, ਮੈਂ ਡੰਡੇ ਨਾਲ ਉਹਨਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ। ਸੋ ਡੰਡਾ ਸਜ਼ਾ ਦੇਣ ਲਈ ਵੀ ਵਰਤਿਆ ਜਾਂਦਾ ਆ। ਟੀਚਰਸ ਕਿੰਨੀ ਵਾਰੀ ਡੰਡੇ ਦੇ ਨਾਲ ਸਟੂਡੈਂਟਸ ਨੂੰ ਸੁਧਾਰਦੇ ਆ, ਅਤੇ ਫਿਰ ਜੇ ਬਾਪੂ ਦੇ ਆਖੇ ਨਾ ਲੱਗੀਏ ਤਾਂ ਬਾਪੂ ਕਿੰਨੀ ਵਾਰੀ ਡੰਡਾ ਚੱਕਦਾ ਆ, ਤਾਂ ਉਹ ਗਲਤੀ ਦੀ ਸਜ਼ਾ ਜਿਹੜੀ ਆ ਡੰਡੇ ਦੇ ਨਾਲ ਮਿਲਦੀ ਆ। ਅਰ ਇੱਥੇ ਸਾਫ਼ ਲਿਖਿਆ, ਕਹਿੰਦਾ ਮੈਂ ਡੰਡੇ ਨਾਲ ਉਹਨਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗੇ। ਐਨ ਬਾਪੂ ਵਾਲੀ ਫੀਲਿੰਗ ਆਉਂਦੀ ਕਿ ਨਹੀਂ, ਫਾਦਰ ਵਾਲੀ, ਪਿਤਾ ਵਾਲੀ ਫੀਲਿੰਗ ਕਿ ਜੇ ਅਸੀਂ ਗਲਤੀ ਕਰਾਂਗੇ ਤਾਂ ਉਹ ਸਾਨੂੰ ਸਜ਼ਾ ਦਊਗੇ। ਔਰ ਪਰ ਕੀ ਲਿਖਿਆ, ਪਰ ਮੈਂ ਆਪਣੀ ਦਇਆ ਉਸ ਤੋਂ ਹਟਾ ਨਾ ਲਵਾਂਗਾ। ਤੁਸੀਂ ਦੇਖੋ, ਪਿਤਾ ਜਿੰਨਾ ਮਰਜ਼ੀ ਆਪਣੇ ਨਿਆਣੇ ਨੂੰ ਕੁੱਟ ਲਏ, ਪਰ ਉਹ ਇਹ ਨਹੀਂ, ਉਹ ਪਿਓ ਹੋਣ ਤੋਂ ਮੁੱਕਰਦਾ ਨਹੀਂ, ਉਹ ਪਿਤਾ ਹੀ ਰਹਿੰਦਾ ਆ। ਔਰ ਇੱਕ ਪਲ ਲਈ ਉਹ ਤੁਹਾਨੂੰ ਗੁੱਸੇ ਹੁੰਦਾ ਆ, ਨਾਰਾਜ਼ ਹੁੰਦਾ ਆ, ਪਰ ਨੈਕਸਟ ਡੇ ਉਹ ਫਿਰ ਤੋਂ ਤੁਹਾਡੀ ਭਲਾਈ ਦੇ ਲਈ ਸਭ ਕੁਛ ਕਰਦਾ ਆ। ਆਪਾਂ ਦੇਖਦੇ ਕਿੰਨੇ ਨਿਆਣੇ ਵਿਦੇਸ਼ਾਂ ਨੂੰ ਜਾਂਦੇ, ਪਿਓ ਨੇ ਪਤਾ ਨਹੀਂ ਸਾਰੀ ਜ਼ਿੰਦਗੀ 'ਚ ਆਪਣੀ ਮਰਜ਼ੀ ਦਾ ਬ੍ਰਾਂਡ ਪਾਇਆ ਕਿ ਨਹੀਂ ਪਾਇਆ, ਆਪਣੀ ਮਰਜ਼ੀ ਦਾ ਖਾਣਾ ਖਾਧਾ ਕਿ ਨਹੀਂ ਖਾਧਾ, ਪਤਾ ਨਹੀਂ ਆਪਣੇ ਕਿੰਨੇ ਸੁਪਨਿਆਂ ਨੂੰ ਖਤਮ ਕੀਤਾ, ਪਰ ਆਪਣੇ ਪੁੱਤਰ ਦਾ ਸੁਪਨਾ ਪੂਰਾ ਕਰਨ ਦੇ ਲਈ ਉਹ ਘਰ ਜਿਹੜਾ ਉਹਨੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ, ਉਹਨੂੰ ਵੀ ਗਹਿਣੇ ਰੱਖ ਕੇ ਬੱਚੇ ਨੂੰ ਵਿਦੇਸ਼ ਵਿੱਚ ਭੇਜ ਦਿੰਦਾ। ਹੋ ਸਕਦਾ ਉਹਨੇ ਤੁਹਾਨੂੰ ਬਚਪਨ ਦੇ ਵਿੱਚ ਹਜ਼ਾਰ ਵਾਰ ਕੁੱਟਿਆ ਹੋਵੇ, ਜੁੱਤੀ ਨਾਲ ਕੁੱਟਿਆ ਹੋ ਸਕਦਾ, ਡੰਡੇ ਨਾਲ ਕੁੱਟਿਆ ਹੋ ਸਕਦਾ, ਪਰ ਉਹਨੇ ਆਪਣੀ ਦਇਆ ਕਾਇਮ ਰੱਖੀ ਤੁਹਾਡੇ ਲਈ, ਤੁਹਾਡੀ ਭਲਾਈ ਦੇ ਲਈ ਉਹਨੇ ਕਾਇਮ ਰੱਖੀ। ਔਰ ਵਚਨ 'ਚ ਲਿਖਿਆ, ਜੇ ਤੁਸੀਂ ਖਰਾਬ ਬੰਦੇ ਹੋ ਕੇ, ਤੁਸੀਂ ਪਾਪੀ ਮਨੁੱਖ ਹੋ ਕੇ, ਤੁਸੀਂ ਆਪਣੇ ਬੱਚਿਆਂ ਦੀ ਬੁਰਾਈ ਨਹੀਂ ਪਰ ਭਲਿਆਈ ਕਰਦੇ, ਤਾਂ ਮੈਂ ਸਵਰਗੀ ਪਿਤਾ ਹਾਂ, ਮੈਂ ਕਿੰਨਾ ਵਧੇਰੇ ਤੁਹਾਨੂੰ ਪ੍ਰੇਮ ਕਰਦਾ ਹਾਂ। ਸੇਮ ਵੇ ਦੇ ਨਾਲ ਇੱਥੇ ਪ੍ਰਭੂ ਜੀ ਕੀ ਕਹਿੰਦੇ ਆ, ਮੈਂ ਆਪਣੀ ਦਇਆ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫਾਦਾਰੀ ਛੱਡ ਕੇ ਝੂਠਾ ਹੋਵਾਂਗਾ। ਇਹ ਕਿਹਦੇ ਲਈ ਆ? ਦਾਊਦ ਦੀ ਵੰਸ਼ ਦੇ ਨਾਲ ਪਰਮੇਸ਼ਵਰ ਦਾ ਪ੍ਰੋਮਿਸ ਆ। ਪ੍ਰਭੂ ਨੇ ਪ੍ਰੋਮਿਸ ਕੀਤਾ ਆ ਕਿ ਮੈਂ ਸਜ਼ਾ ਜ਼ਰੂਰ ਦਊਂਗਾ, ਮੈਂ ਸੁਧਾਰੂੰਗਾ, ਕਰੜੀ ਸਜ਼ਾ ਵੀ ਦਊਂਗਾ, ਪਰ ਮੈਂ ਤਿਆਗੂੰਗਾ ਨਹੀਂ, ਮੈਂ ਆਪਣੀ ਵਫਾਦਾਰੀ ਤੋਂ ਮੁੜੂੰਗਾ ਨਹੀਂ, ਮੈਂ ਉਹਨਾਂ ਨੂੰ ਬਾਰ ਬਾਰ ਮੋੜ ਕੇ ਲਿਆਊਂਗਾ, ਔਰ ਮੈਂ ਉਹਨਾਂ ਨੂੰ ਹਟਾਊਂਗਾ। ਕੀ ਲਿਖਿਆ? ਕਹਿੰਦਾ ਆਪਣੀ ਦਇਆ ਉਸ ਤੋਂ ਹਟਾ ਨਾ ਲਵਾਂਗਾ। ਤੁਹਾਨੂੰ ਬਦੀ ਤੋਂ ਤਾਂ ਪ੍ਰਭੂ ਹਟਾਉਣਗੇ, ਪਰ ਆਪਣੀ ਦਇਆ ਨੂੰ ਤੁਹਾਡੇ ਤੋਂ ਨਹੀਂ ਹਟਾਉਣਗੇ। ਕਈ ਵਾਰੀ ਸਾਡੇ ਜੀਵਨ ਦੇ ਵਿੱਚ ਦੁੱਖ ਆ, ਕਸ਼ਟ ਆ, ਅਸੀਂ ਕਹਿੰਦੇ ਪ੍ਰਭੂ ਸਾਨੂੰ ਦੇਖਦਾ ਨਹੀਂ, ਉਹ ਦੇਖਦਾ ਆ, ਉਹ ਸੁਧਾਰ ਰਿਹਾ ਆ, ਸੁਧਰ ਜਾਓ। ਜੇ ਅਸੀਂ ਸੁਧਰ ਜਾਵਾਂਗੇ ਤਾਂ ਉਹ ਸਜ਼ਾ ਖਤਮ ਹੋ ਜੂਗੀ। ਸਾਡੇ ਜੀਵਨ ਦੇ ਵਿੱਚ ਵਿਦਆਊਟ ਪਲੈਨਿੰਗ ਕੁਛ ਨਹੀਂ ਆ, ਸਾਡੇ ਜੀਵਨ ਦੇ ਵਿੱਚ ਅਨਨਿਸੈਸਰੀ ਕੁਛ ਨਹੀਂ ਹੈਗਾ। ਇੱਦਾਂ ਨਹੀਂ ਹੈਗਾ ਕਿ ਕੋਈ ਵੀ ਚੀਜ਼ ਜਿਹੜੀ ਆ ਆਪੇ ਹੀ ਹੋ ਗਈ, ਐਕਸੀਡੈਂਟਲੀ ਤੁਹਾਡੇ ਜੀਵਨ 'ਚ ਕੁਛ ਨਹੀਂ ਹੋ ਰਿਹਾ, ਬਿਨਾਂ ਯੋਜਨਾ ਦੇ ਕੁਛ ਨਹੀਂ ਹੋ ਰਿਹਾ, ਬਿਨਾਂ ਮਕਸਦ ਤੋਂ ਕੁਛ ਨਹੀਂ ਹੋ ਰਿਹਾ। ਅਗਰ ਅਸੀਂ ਦੁਖੀ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਉਸ ਦੁੱਖ ਦੇ ਆਉਣ ਦਾ ਕੋਈ ਨਾ ਕੋਈ ਕਾਰਨ ਆ, ਉਹਦਾ ਕੋਈ ਮਕਸਦ ਆ, ਜਾਂ ਤਾਂ ਸਾਡੀਆਂ ਗਲਤੀਆਂ ਦਾ ਕਰਕੇ ਸਾਨੂੰ ਸਜ਼ਾ ਮਿਲ ਰਹੀ ਆ। ਜੇਕਰ ਅਸੀਂ ਨਹੀਂ ਆਖੇ ਲੱਗਦੇ ਜਾਂ ਸਾਡੇ ਬੱਚੇ ਨਹੀਂ ਆਖੇ ਲੱਗਦੇ, ਤਾਂ ਤੁਸੀਂ ਦੇਖੋ, ਤੁਸੀਂ ਵੀ ਤਾਂ ਉਹਨਾਂ ਦੇ ਕੰਨਾਂ 'ਤੇ ਟਿਕਾਉਂਦੇ ਆ, ਤੁਸੀਂ ਉਹਨਾਂ ਦੇ ਨਾਲ ਕਈ ਵਾਰੀ ਰੂੜ ਹੁੰਦੇ, ਹਾਰਡ ਹੁੰਦੇ, ਤੁਸੀਂ ਸਖਤ ਹੁੰਦੇ ਆ, ਕਈ ਵਾਰੀ ਤੁਸੀਂ ਉਹਨਾਂ ਦੇ ਨਾਲ ਇੱਦਾਂ ਦਾ ਵਤੀਰਾ ਕਰਦੇ ਜਿੱਦਾਂ ਦਾ ਤੁਸੀਂ ਨਹੀਂ ਕਰਨਾ ਚਾਹੁੰਦੇ।
ਬੱਚੇ ਨੂੰ ਟੀਚਰ ਨੇ ਬੱਚੇ ਤੋਂ ਕੋਈ ਜ਼ਮੀਨ ਨਹੀਂ ਵਟਾਉਣੀ, ਟੀਚਰ ਨੇ ਬੱਚੇ ਦੀ ਕੋਈ ਕਮਾਈ ਨਹੀਂ ਖਾਣੀ ਕਿ ਮੈਂ ਬੱਚੇ ਨੂੰ ਪੜ੍ਹਾਵਾਂਗਾ, ਬੱਚਾ ਜੱਜ ਲੱਗੂਗਾ ਅਤੇ ਇਹਦੀ ਤਨਖਾਹ ਮੈਨੂੰ ਆਊਗੀ। ਕਿਸੇ ਅਧਿਆਪਕ ਨੂੰ ਕੋਈ ਵੀ ਸਟੂਡੈਂਟ ਵੱਡਾ ਹੋ ਕੇ ਆਪਣੀ ਸੈਲਰੀ ਨਹੀਂ ਦਿੰਦਾ, ਪਰ ਫਿਰ ਵੀ ਟੀਚਰ ਪੂਰੀ ਰੀਝ ਦੇ ਨਾਲ ਉਹਨਾਂ ਨੂੰ ਪੜ੍ਹਾਉਂਦਾ। ਅਗਰ ਉਹ ਸਜ਼ਾ ਦਿੰਦਾ ਤਾਂ ਕਿਉਂ ਦਿੰਦਾ ਉਸ ਬੱਚੇ ਨੂੰ? ਇਸੇ ਲਈ ਕਿ ਅਗਲੀ ਵਾਰੀ ਇਹ ਗਲਤੀ ਨਾ ਕਰੇ, ਇਸ ਲਈ ਕਿ ਸੁਧਰ ਜਾਏ ਔਰ ਇੱਕ ਚੰਗਾ ਜੀਵਨ ਜੀਵੇ। ਅਗਰ ਅੱਜ ਸਾਡੇ ਜੀਵਨ 'ਚ ਤੁਹਾਨੂੰ ਮਹਿਸੂਸ ਹੋ ਰਿਹਾ ਆ ਕਿ ਮੈਂ ਸਜ਼ਾ ਦੇ ਵਿੱਚ ਹਾਂ, ਪਤਾ ਨਹੀਂ ਮੈਨੂੰ ਕਈ ਲੋਕ ਕਹਿੰਦੇ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ, ਤਾਂ ਉਹ ਕਰਮ ਪਤਾ ਕਿਹੜੀ ਚੀਜ਼ ਨੂੰ ਸਮਝਦੇ? ਉਹਨਾਂ ਨੂੰ ਲੱਗਦਾ ਪਿਛਲੇ ਜਨਮ ਦੇ ਵਿੱਚ ਅਸੀਂ ਕੁਛ ਕੀਤਾ ਸੀਗਾ, ਸਾਨੂੰ ਉਹਨਾਂ ਕਰਮਾਂ ਦੀ ਸਜ਼ਾ ਮਿਲ ਰਹੀ ਆ। ਤੁਹਾਨੂੰ ਸਜ਼ਾ ਕਰਮਾਂ ਦੀ ਮਿਲ ਰਹੀ ਆ, ਪਰ ਪਿਛਲੇ ਜਨਮ ਦਾ ਕੋਈ ਲੇਖਾ ਜੋਖਾ ਬਾਈਬਲ ਦੇ ਅਨੁਸਾਰ ਨਹੀਂ ਆ। ਤੁਹਾਡੇ ਇਸੇ ਜਨਮ ਦੇ ਵਿੱਚ ਜੋ ਤੁਸੀਂ ਕੰਮ ਕਰ ਰਹੇ ਤੁਹਾਨੂੰ ਉਹ ਹੀ ਭੁਗਤਣੇ ਪੈ ਰਹੇ ਆ। ਹਾਂ, ਕੁਛ ਕੰਮ ਜਿਹੜੇ ਆ ਉਹ ਤੁਹਾਡੇ ਮਾਤਾ ਪਿਤਾ ਦੇ ਕੀਤੇ ਹੋਏ ਤੁਹਾਨੂੰ ਭੁਗਤਣੇ ਪੈਂਦੇ, ਕੁਛ ਤੁਹਾਡੇ ਦਾਦੇ ਬਾਬਿਆਂ ਦੇ ਕੀਤੇ ਹੋਏ ਭੁਗਤਣੇ ਪੈਂਦੇ ਆ, ਪਰ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜੀ ਜਾਨ ਤੌਬਾ ਕਰੂਗੀ ਉਹ ਛੁਡਾਈ ਜਾਊਗੀ। ਫਿਰ ਪਿਤਾ ਦਾ ਡੰਨ ਜਿਹੜਾ ਆ ਉਹ ਪੁੱਤਰ ਨਹੀਂ ਭੁਗਤੂਗਾ ਜੇਕਰ ਪੁੱਤਰ ਤੌਬਾ ਕਰ ਲਵੇ। ਤਾਂ ਜੇਕਰ ਪਿਤਾ ਤੌਬਾ ਕਰ ਲਵੇ ਤਾਂ ਪਿਤਾ ਦਾ ਡੰਨ ਖਤਮ ਹੋ ਜੂਗਾ, ਪਰ ਜੇ ਪੁੱਤਰ ਨੇ ਨਹੀਂ ਕੀਤੀ ਤਾਂ ਉਹ ਫਿਰ ਭੁਗਤੂਗਾ। ਤਾਂ ਹਰ ਜਾਨ ਜਿਹੜੀ ਆ ਉਹ ਆਪਣਾ ਹਿਸਾਬ ਜਿਹੜਾ ਆ ਉਹਨੇ ਦੇਣਾ ਆ। ਇਸ ਲਈ ਵਚਨ ਦੇ ਵਿੱਚ ਕੀ ਲਿਖਿਆ ਆ, ਕਹਿੰਦਾ ਮੈਂ ਆਪਣੀ ਦਇਆ ਉਸ ਤੋਂ ਨਹੀਂ ਹਟਾ ਲਵਾਂਗਾ। ਅਗਰ ਸਾਡੇ ਜੀਵਨ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਬੁਰਾ ਸਮਾਂ ਚੱਲ ਰਿਹਾ ਆ ਤਾਂ ਇਹਦੇ ਵਿੱਚ ਵੀ ਪਰਮੇਸ਼ਵਰ ਦੀ ਦਇਆ ਆ, ਇਹਦੇ 'ਚ ਦਇਆ ਆ, ਭਾਵੇਂ ਬੁਰਾ ਸਮਾਂ ਆ। ਵਚਨ 'ਚ ਲਿਖਿਆ ਜਦ ਤੂੰ ਆਪਣੇ ਬੱਚੇ ਨੂੰ ਛਿਟੀ ਨਾਲ ਤਾੜਦਾ ਤਾਂ ਤੂੰ ਉਹਨੂੰ ਉਹਦੀ ਜਾਨ ਨਹੀਂ ਖਤਮ ਕਰਦਾ, ਤੂੰ ਉਹਦੇ ਪ੍ਰਾਣ ਨਹੀਂ ਲੈਂਦਾ। ਕਿਉਂ ਤਾੜਦਾ ਆ? ਕਿ ਉਹ ਸੁਧਰ ਜਾਏ। ਅਗਰ ਸਾਡੇ ਜੀਵਨ ਦੇ ਵਿੱਚ ਕਸ਼ਟ ਆ, ਦੁੱਖ ਆ, ਸਾਹ ਤਾਂ ਚੱਲ ਰਹੇ ਆ ਨਾ, ਇਹਦਾ ਮਤਲਬ ਇਹ ਕਸ਼ਟ ਸਾਨੂੰ ਸੁਧਾਰਨ ਦੇ ਲਈ ਆ, ਇਹਦਾ ਮਤਲਬ ਇਹ ਕਸ਼ਟ ਪਰਮੇਸ਼ਵਰ ਦੀ ਮਹਿਮਾ ਦੇ ਲਈ ਆ, ਇਹਦਾ ਮਤਲਬ ਇਸ ਕਸ਼ਟ ਦੇ ਰਾਹੀਂ ਪਰਮੇਸ਼ਵਰ ਸਾਨੂੰ ਇੱਕ ਬ੍ਰਾਈਟ ਫਿਊਚਰ ਦੇ ਵਿੱਚ, ਬ੍ਰਾਈਟ ਹੋਪ ਦੇ ਵਿੱਚ, ਸਾਨੂੰ ਇੱਕ ਲਾਈਟ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਔਰ ਉਸ ਵੇਲੇ ਜਦੋਂ ਅਸੀਂ ਕਸ਼ਟ ਦੇ ਵਿੱਚ ਹਾਂ ਉਸ ਵੇਲੇ ਕੁੜਕੁੜ ਨਾ ਕਰੋ, ਉਸ ਵੇਲੇ ਬੁੜਬੁੜ ਨਾ ਕਰੋ, ਉਸ ਵੇਲੇ ਪ੍ਰਭੂ ਤੋਂ ਪੁੱਛੋ, ਕਾਮ ਡਾਊਨ ਹੋਵੋ, ਸ਼ਾਂਤ ਹੋਵੋ ਔਰ ਕਹੋ ਕਿ ਪ੍ਰਭੂ ਜੋ ਤੁਸੀਂ ਮੈਨੂੰ ਸਿਖਾਉਣਾ ਚਾਹੁੰਦੇ ਇਸ ਕਸ਼ਟ ਦੇ ਵਿੱਚੋਂ ਦੀ, ਮੈਂ ਸਿੱਖਣ ਲਈ ਤਿਆਰ ਹਾਂ। ਮੇਰੇ ਆਤਮਕ ਕੰਨਾਂ ਨੂੰ, ਮੇਰੇ ਆਤਮਕ ਅੱਖਾਂ ਨੂੰ ਖੋਲ੍ਹੋ, ਮੇਰੇ ਆਤਮਕ ਮਨ ਨੂੰ ਖੋਲ੍ਹੋ, ਸੋ ਦੈਟ ਕਿ ਮੈਨੂੰ ਉਹ ਚੀਜ਼ਾਂ ਸਮਝ ਵਿੱਚ ਆਉਣ ਜਿਹੜੀਆਂ ਮੇਰੀ ਸਮਝ ਤੋਂ ਬਾਹਰ ਆ। ਪ੍ਰਭੂ ਮੈਂ ਤੁਹਾਡੇ ਵਿਰੁੱਧ ਕੁਛ ਨਹੀਂ ਬੋਲਣਾ ਚਾਹੁੰਦਾ, ਮੈਂ ਨਹੀਂ ਚਾਹੁੰਦਾ ਵੈਰੀ ਮੇਰੇ ਮੂੰਹ ਦਾ ਇਸਤੇਮਾਲ ਕਰੇ। ਪ੍ਰਭੂ ਮੇਰੀ ਜੀਭ ਦੇ ਉੱਤੇ ਤੇਰਾ ਰਾਖਾ ਬੈਠ ਜਾਵੇ ਪਿਤਾ ਜੀ, ਔਰ ਉਹ ਮੈਨੂੰ ਮੇਰੇ ਮੂੰਹ 'ਚੋਂ ਕੋਈ ਗਲਤ ਸ਼ਬਦ ਨਾ ਨਿਕਲਣ ਦੇ। ਪ੍ਰਭੂ ਮੇਰੇ ਮਨ ਦੀ ਰਾਖੀ ਕਰੋ, ਮੇਰੇ ਮਨ 'ਚ ਕੋਈ ਗਲਤ ਵਿਚਾਰ ਨਾ ਆਏ। ਪ੍ਰਭੂ ਤੁਸੀਂ ਸਾਮਰਥੀ ਆ, ਔਰ ਵਚਨ 'ਚ ਲਿਖਿਆ ਕੋਈ ਵੀ ਇਹੋ ਜਿਹਾ ਦੁੱਖ ਉਹ ਤੁਹਾਡੇ ਉੱਤੇ ਆਉਣ ਨਹੀਂ ਦਿੰਦਾ ਜਿਹੜਾ ਤੁਸੀਂ ਝੱਲ ਨਾ ਸਕੋ। ਤੁਸੀਂ ਆਪਣੇ ਬੱਚੇ ਨੂੰ ਕਿੰਨੀ ਸਜ਼ਾ ਦਿੰਦੇ ਆ? ਜਿੰਨੀ ਉਹ ਬਰਦਾਸ਼ਤ ਕਰ ਸਕਦਾ ਹੈ। ਤੁਸੀਂ ਉਹਨੂੰ ਧੁੱਪੇ ਖੜ੍ਹੇ ਕਰਦੇ ਪਰ ਅੱਗ ਵਿੱਚ ਨਹੀਂ ਸੁੱਟਦੇ, ਕਿਉਂਕਿ ਉਹ ਧੁੱਪ ਬਰਦਾਸ਼ਤ ਕਰ ਸਕਦਾ ਪਰ ਅੱਗ ਨਹੀਂ। ਤੁਸੀਂ ਉਹਨੂੰ ਨੰਗੇ ਪੈਰੀਂ ਫਰਸ਼ 'ਤੇ ਖੜ੍ਹਾ ਕਰਦੇ ਪਰ ਤਵੇ 'ਤੇ ਨਹੀਂ, ਕਿਉਂਕਿ ਫਰਸ਼ ਦਾ ਸੇਕ ਉਹ ਝੱਲ ਸਕਦਾ ਪਰ ਤਵੇ ਦਾ ਨਹੀਂ। ਤਾਂ ਜੇਕਰ ਅਸੀਂ ਸੰਸਾਰਕ ਹੋ ਕੇ ਧਿਆਨ ਰੱਖਦੇ ਹਾਂ ਕਿ ਇਹਦੀ ਲਿਮਿਟ ਕਿੰਨੀ ਕਿਆ, ਉਹ ਸਵਰਗੀ ਆ, ਉਹ ਜਿਹੜੀ ਲਿਮਿਟ ਸਾਨੂੰ ਨਹੀਂ ਪਤਾ ਉਹ ਲਿਮਿਟ ਉਹਨੂੰ ਉਹ ਵਾਲੀ ਲਿਮਿਟ ਦਾ ਵੀ ਪਤਾ ਹੈ। ਤਾਂ ਇਸ ਲਈ ਪ੍ਰਭੂ ਨੇ ਆਪਣੀ ਦਇਆ ਸਾਡੇ ਤੋਂ ਤਿਆਗੀ ਨਹੀਂ ਆ, ਪ੍ਰਭੂ ਨੇ ਆਪਣਾ ਮਨ ਸਾਡੇ ਤੋਂ ਮੋੜਿਆ ਨਹੀਂ ਆ, ਪ੍ਰਭੂ ਨੇ ਆਪਣੇ ਤੋਂ ਆਪਣੀ ਅੱਖ ਨੂੰ ਫੇਰਿਆ ਨਹੀਂ ਆ, ਪਰ ਪ੍ਰਭੂ ਥੋੜ੍ਹਾ ਸਖਤ ਹੋਏ ਆ, ਥੋੜ੍ਹਾ ਨਾਰਾਜ਼ ਹੋਏ ਆ ਸਾਨੂੰ ਜਸਟ ਇੱਕ ਲੈਸਨ ਦੇਣ ਦੇ ਲਈ, ਸਾਨੂੰ ਸਿਖਾਉਣ ਦੇ ਲਈ, ਸਾਨੂੰ ਸਮਝਾਉਣ ਦੇ ਲਈ।